ब्रोकर सर दी इसे तो स्लो सदम बड़ा दिखाइयो भाई नुकसान हाथ कर दे दिखाइयो तुम अगे भी है दिखाइयो उधर भाई दिखाते हो माड़ा कराइए उतन हाथ हाथ करिए उतन आईटा भैया मरिया उन्होंने हाथ करियो नाम अपना मेरा नाम बलविंदर कुमार केड़ी जगह तो ਭਾਰਗੋ ਕੈਂਪ ਜਿਹੜਾ ਦੇਰ ਰਾਤ ਮਾਮਲਾ ਹੋਇਆ ਜਿਹੜਾ ਕੀ ਹੈ ਕੀ ਸਾਰਾ ਮਾਮਲਾ ਹੈ ਆਪਾਂ ਸੁੱਤੇ ਤੇ ਸੀ ਅੰਦਰ ਸਾਰੇ ਜਣੇ ਪਤਾ ਨਹੀਂ ਆਵਾਜ਼ ਆਈ ਬਾਹਰ ਪਹਿਲੇ ਆਪਾਂ ਨਾਲ ਹੀ ਜਦੋਂ ਨਿਕਲੇ ਆ ਤੇ ਉਦੋਂ ਨਿਕਲ ਕੇ ਦੇਖੇ ਮੁੰਡੇ ਪਰ ਇਹ ਗੇਮ ਮੋਟਰਸਾਈਕਲ ਤੇ ਲੱਭਾ ਸੁੱਭਾ ਤੇ ਆਏ ਨਹੀਂ ਪਿੱਛੇ ਪਤਾ ਲੱਗਾ ਕਿੰਨੇ ਜਣੇ ਟੋਟਲ ਉਹ ਹੈਗੇ ਸੀ ਕੋਈ 7 ਕ ਮੋਟਰਸਾਈਕਲ ਸੀ ਕੀ ਜਣੇ ਤਿੰਨ ਤਿੰਨ ਜਣੇ ਬੈਠੇ ਤੇ ਤਿੰਨ ਤਿੰਨ ਜਣੇ ਕੋਈ ਸਿਸਟੀ ਫੋਟੋ ਵਗੈਰਾ ਵੀ ਆਈ ਸਾਹਮਣੇ ਹਾਂ ਇਹ ਕੈਮਰਾ ਤੇ ਪੁਲਿਸ ਕੰਪਲੇਂਟ ਕਰਤੀ ਸੀ ਹਾਂ ਕਰਤੀ ਹੈ ਆਪਣਾ ਨਾਮ ਬੋਲ ਦੀ ਬਈ ਮੇਰਾ ਨਾਮ ਬਲਵਿੰਦਰ ਕੁਮਾਰ ਠੀਕ ਹੈ ਬਾਈ ਹਾਂਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਹੈ ਭਾਜੀ ਅਮਨਦੀਪ ਕਿਹੜੀ ਜਗ੍ਹਾ ਤੋਂ ਬਾਈ ਮੈਂ ਭਾਰਗੋ ਨਗਰ ਜਿਹੜਾ ਕੀ ਮਾਮਲਾ ਜਿਹੜਾ ਦੇਰ ਰਾਤ ਹੋਇਆ ਸਰ ਮਾਮਲਾ ਭਾਜੀ ਰਾਤ ਨੂੰ ਤਕਰੀਬਨ 1:30 ਵਜੇ ਟਾਈਮ ਸੀਗਾ 7-8 ਮੋਟਰਸਾਈਕਲ ਸੀਗੇ ਮੁੰਡੇ ਬਹੁਤ ਸਪੀਡ ਨਾਲ ਆ ਰਹੇ ਪਿੱਛੋਂ ਹੀ ਗੱਡੀਆਂ ਤੋੜਦੇ ਆਏ ਆ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਇਹਦੇ ਵਿੱਚ ਸ਼ੀਸ਼ੇ ਭੰਨੇ ਹੋਏ ਆ ਹਥਿਆਰ ਹੱਥਾਂ 'ਚ ਫੜੇ ਸੀਗੇ ਕਿਰਪਾਨਾਂ ਸੀਗੀਆਂ ਕੋਈ ਬੇਸ ਬੈਟ ਸੀ ਤਾਂ ਕਾਫੀ ਨੁਕਸਾਨ ਲੋਕਾਂ ਦਾ ਕੀਤਾ ਹੈ ਸੀਸੀਟੀਵੀ ਕੈਮਰੇ ਕਾਫੀ ਭਾਜੀ ਮੋਟਰਸਾਈਕਲ ਆਏ ਆ ਸੱਤ ਮੋਟਰਸਾਈਕਲ ਆਏ ਨੇ ਜਿਹੜੇ ਤੇ ਦੋ ਦੋ ਤਿੰਨ ਤਿੰਨ ਬੰਦੇ ਬੈਠੇ ਹੋਏ ਆ ਇਸ ਮਾਮਲੇ ਬਾਰੇ ਦੀ ਪੁਲਿਸ ਕੰਪਲੇਂਟ ਕਰਤੀ ਜੀ ਅਸੀਂ ਭਾਜੀ ਇਹੀ ਕਹਿੰਨੇ ਆ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਜਲਦੀ ਜਲਦੀ ਦੀ ਕਾਰਵਾਈ ਕਰੇ ਪੁਲਿਸ ਆਈ ਸੀ ਰਾਤੀ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਤਾਂ ਵੀ ਇਸ ਤੋਂ ਜ਼ਿਆਦਾ ਘਟਨਾ ਵੱਡੀ ਹੋਵੇ ਉਹ ਤੋਂ ਬਚ ਜਾਈਏ ਠੀਕ ਹਾਂਜੀ ਨਾ ਸੁਮੇਸ਼ ਕੁਮਾਰ ਕਿਹੜੀ ਜਗ੍ਹਾ ਤੋਂ ਭਾਰਗੋ ਕੈਂਪ ਤੋਂ ਸਰ ਕੀ ਮਾਮਲਾ ਕੀ ਆ ਦੇਰ ਆ ਸਰ ਜਿਹੜਾ ਸਰ ਲੇਟ ਨਾਈਟ ਕੋਈ 1:30 ਵਜੇ ਦੇ ਕਰੀਬ ਕਰੀਬ 6-7 ਮੋਟਰਸਾਈਕਲ ਤੇ ਮੁੰਡੇ ਇਕੱਠੇ ਹੋ ਕੇ ਆਏ ਆ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੇ ਕਿਹਾ ਕਿ ਗੱਡੀਆਂ ਖੜੀਆਂ ਐ ਕਰੀਬ ਕਿੰਨੀਆਂ ਗੱਡੀਆਂ ਦਾ ਨੁਕਸਾਨ ਕੀਤਾ ਸਰ ਇਹਨਾਂ ਨੇ ਘੱਟੋ ਘੱਟ ਪੂਰੀ ਗਲੀ ਦੇ ਵਿੱਚ ਜਿੰਨੀਆਂ ਵੀ ਕਾਰਾਂ ਸੀਗੀਆਂ 3-4 ਸਭ ਦੇ ਫਰੰਟ ਸ਼ੀਸ਼ੇ ਸਾਈਡ ਸ਼ੀਸ਼ੇ ਕੋਈ ਸਕੂਟਰ ਨਜ਼ਰ ਆ ਰਿਹਾ ਸਕੂਟਰ ਦੇ ਹੈੱਡਲਾਈਟਸ ਬਾਈਕ ਤੋੜਦੇ ਗਏ ਅੱਗੇ ਜਿਹੜੇ ਲੋਕ ਵਾਰਦਾਤ ਕਰ ਰਹੇ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਫੋਟੋ ਉਹਨਾਂ ਦੀ ਕੋਈ ਹਾਂ ਉਹਨਾਂ ਦੀ ਕੈਦ ਹੋਈ ਜਾਂਦੀਆਂ ਫੋਟੋਆਂ ਤੇ ਆਪਣਾ ਇਸ ਮਾਮਲੇ ਬਾਰੇ ਪੁਲਿਸ ਨੂੰ ਕੰਪਲੇਂਟ ਦੇ ਦਿੱਤੀ ਹਾਂ ਨਾਈਟ ਤੇ ਪੁਲਿਸ ਆਫੀਸਰ ਆਏ ਸੀਗੇ ਪੀਸੀਆਰ ਗੱਡੀ ਕੋਈ 55 ਜਾਂ 56 ਨੰਬਰ ਦੱਸਦੇ ਪਏ ਸੀ ਉਹ ਵੀ ਸੀਗੀ ਗੱਡੀ ਤੇ ਇਨਸਪੈਕਟਰ ਹਰਦਿਆਲ ਸਿੰਘ ਜੀ ਥਾਣਾ ਕਿਹੜਾ ਪੈਂਦਾ ਜੀ ਆਪਾਂ ਨੂੰ ਭਾਰਗੋ ਕੈਂਪ ਥਾਣਾ ਪੈਂਦਾ ਠੀਕ ਹੈ ਜੀ ਕੀ ਨਾਮ ਆਪਣਾ ਜੀ ਪਵਨ ਕੁਮਾਰ ਕਿਹੜੀ ਜਗ੍ਹਾ ਤੋਂ ਭਾਰਗੋ ਕੈਂਪ ਕੀ ਮਾਮਲਾ ਕੀ ਆ ਜਿਹੜਾ ਦੇਰ ਰਾਤ ਹੋਇਆ ਸਾਰਾ ਬਈ ਰਾਤੀ ਦੇ 1:45 7 ਮੋਟਰਸਾਈਕਲ ਆਏ ਨੇ ਸਪਲੈਂਡਰ ਸੱਤੇ ਨਵੇਂ ਹੀ ਤੇ ਉਹਨਾਂ ਨੇ ਆ ਕੇ ਸਾਡੀ ਗਲੀ ਦੀ ਗੱਡੀਆਂ ਨੂੰ ਇੱਟਾਂ ਮਾਰੀਆਂ ਐਕਟਿਵਾ ਤੋੜੀਆਂ 5-6 ਗੱਡੀਆਂ ਵੀ ਤੋੜੀਆਂ ਮੋਟਰਸਾਈਕਲ ਵੀ ਤੋੜੇ ਨੇ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਗੱਡੀ ਦਾ ਅਗਲਾ ਫਰੰਟ ਸ਼ੀਸ਼ਾ ਟੁੱਟਾ ਡੈਂਟ ਪਏ ਜੀ ਤੇ ਪਤਾ ਲੱਗਾ ਕੋਈ ਲੋਕ ਕੈਮਰੇ 'ਚ ਫੋਟੋ ਆਈ ਸੀਸੀਟੀਵੀ ਉਹਨਾਂ ਦੇ ਉਹ ਤਾਂ ਕੈਮਰੇ 'ਚ ਤੇ ਆ ਗਈ ਬਾਕੀ ਪਛਾਣੇ ਜਾਣਗੇ ਪੁਲਿਸ ਵਾਲੇ ਪਛਾਣਨ ਪੁਲਿਸ ਕੰਪਲੇਂਟ ਕਰਤੀ ਹੈ ਪੁਲਿਸ ਕੰਪਲੇਂਟ ਰਾਤੀ ਹੋ ਗਈ ਥਾਣਾ ਕਿਹੜਾ ਪੈਂਦਾ ਥਾਣਾ ਭਾਰਗੋ ਕੈਂਪ ਠੀਕ ਹੈ ਮਾਮਲਾ ਕਿਹੜਾ ਸਰ ਜੋ ਦੇਰ ਰਾਤ ਸਰ ਭਾਰਗੋ ਕੈਂਪ ਤੋਂ ਜੋ ਗੱਡੀਆਂ ਦੇ ਸ਼ੀਸ਼ੇ ਵਗੈਰਾ ਤੋੜੇ ਗਏ ਹਾਂਜੀ
मैं इसे गुरदयाल सिंह थाना भार्गव कैंप ड्यूटी अफसर थाना रात सू फोन आया कि पिछोरी महला भार्गव कैंप गड्डिया की जी जे मुंडे आ दो तीन तीन जो मोटरसाइकिल सवार आ ये शीशे भन गए असं भी मौके पर आए हैं तो मौके पर आके असी देखे आसी वीडियो हम कैमरे चेक कर रहे हैं तो जिदा भी कोई साढ़े सामने आया तो कानून बनती कर कानूनी कार करीब कि गड्डिया के शीशे तोड़े गए चार गड्डिया के शीशे तोड़े ठीक है।